ਖਾਤਰੀਆ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜੋ ਸ਼ੈਲਰ ਆਰਤੀਆਂ ਦਾ ਤੇ ਪੰਜਾਬ ਸਰਕਾਰ ਦਾ ਮਸਲਾ ਕਾਫੀ ਪਿਛਲੇ ਦਿਨਾਂ ਤੋਂ ਜੋ ਚੱਲ ਰਿਹਾ ਉਸ ਦੇ ਉੱਪਰ ਪੰਜਾਬ ਸਰਕਾਰ ਦਾ ਜੋ ਇੱਕ ਬਿਆਨ ਆਇਆ ਤੇ ਉਹ ਪੰਜਾਬ ਦੇ ਜੋ ਫੂਡ ਐਂਡ ਸਪਲਾਈ ਮਿਨਿਸਟਰ ਨੇ ਲਾਲਚੰਦ ਘਟਾਰੂ ਚੱਕ ਜੀ ਉਹਨਾਂ ਵੱਲੋਂ ਇੱਕ ਬਿਆਨ ਆਇਆ ਤੇ ਕਾਫੀ ਦੋ ਤਰਫਾ ਬਿਆਨ ਉਹਨਾਂ ਨੇ ਦਿੱਤਾ ਉਹਨਾਂ ਦਾ ਕਹਿਣਾ ਹੈ ਜੋ ਸਪੇਸ ਦੀਆਂ ਆਰਤੀਆਂ ਤੇ ਸ਼ੈਲਰ ਦੀਆਂ 99% ਜੋ ਮੰਗਾਂ ਨੇ ਸਪੇਸ ਨੂੰ ਲੈ ਕੇ ਉਹ ਸਿੱਧੇ ਤੌਰ ਤੇ ਸੈਂਟਰ ਸਰਕਾਰ ਨਾਲ ਜੁੜੀਆਂ ਹੋਈਆਂ ਨੇ ਤੇ ਸੈਂਟਰ ਸਰਕਾਰ ਹੀ ਇਹਨਾਂ ਦਾ ਹੱਲ ਕਰ ਸਕਦੀ ਹੈ ਪੰਜਾਬ ਸਰਕਾਰ ਤੋਂ ਜਿੰਨਾ ਬਣਦਾ ਦਖਲ ਦੇਣਾ ਹੋ ਸਕਦਾ ਸੀ ਉਹਨਾਂ ਨੇ ਜੋ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪ ਵੀ ਜੋ ਵਾਰ-ਵਾਰ ਜੋ ਸੈਂਟਰ ਫੂਡ ਐਂਡ ਸਪਲਾਈਜ਼ ਮਨਿਸਟਰ ਨੂੰ ਜੋ ਚਿੱਠੀਆਂ ਲਿਖ ਕੇ ਜਾਂ ਖੁਦ ਦਖਲਅੰਦਾਜ਼ੀ ਦੇ ਕੇ ਇਸ ਮਸਲੇ ਨੂੰ ਉਜਾਗਰ ਕੀਤਾ ਪਰ ਜੋ ਮੇਨ ਹੱਲ ਹੈ ਉਹ ਸੈਂਟਰ ਸਰਕਾਰ ਹੀ ਕਰੇਗੀ ਜਿਹਨੂੰ ਲੈ ਕੇ ਉਹਨਾਂ ਨੇ ਜੋ ਗੈਰ ਬਾਸਮਤੀ ਝੋਨੇ ਦਾ ਐਕਸਪੋਰਟ ਵੀ ਖੋਲ ਦਿੱਤਾ ਤੇ ਇਸ ਦੇ ਨਾਲ-ਨਾਲ ਉਹਨਾਂ ਨੇ ਦੱਸਿਆ ਕਿ ਦਸੰਬਰ ਲਾਸਟ ਤੱਕ ਜੋ 40 ਮੈਟ੍ਰਿਕ ਟਨ ਦਾ ਸਪੇਸ ਪੰਜਾਬ ਕੋਲ ਹੋਏਗਾ ਸੋ ਕਾਫੀ ਜੋ ਅਸੰਤੁਸ਼ਟਜਾ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ ਜੋ ਸਪੇਸ ਦੀ ਲੋੜ ਹੁਣ ਆਰਟੀਆਂ ਤੇ ਸ਼ੈਲਰ ਵਾਲਿਆਂ ਨੂੰ ਐ ਨਾਲ ਦੀ ਨਾਲ ਕਿਸਾਨਾਂ ਦਾ ਮੰਡੀਆਂ ਦੇ ਵਿੱਚ ਜੋ ਝੋਨਾ ਹੈ ਉਹ ਹੁਣ ਆ ਰਿਹਾ ਤੇ ਕਿਤੇ ਨਾ ਕਿਤੇ ਜੋ ਸਰਕਾਰ ਇਸ ਮਸਲੇ ਤੋਂ ਭਾਈ ਦੀ ਨਜ਼ਰ ਆ ਰਹੀ ਹੈ ਆਓ ਪਹਿਲੇ ਤੁਹਾਨੂੰ ਉਹਨਾਂ ਦਾ ਬਿਆਨ ਸੁਣੋਣੇ ਆ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਤੇ ਜੋ ਡੀਪ ਚਟਕੀ ਕਰਦੇ ਆ ਸਾਡੇ ਮਿਲਰ ਨੇ ਬੇਸਿਕਲੀ ਇਹਨਾਂ ਦੇ 99% ਸਵਾਲ ਜਿਹੜੇ ਆ ਉਹ ਕੇਂਦਰ ਨਾਲ ਜੁੜਦੇ ਆ ਐਸਸੀਆਈ ਦੇ ਨਾਲ। ਕੋਈ ਕੀ ਮਸਲਾ ਹੱਲ ਕਿਵੇਂ ਹੋਇਆ। ਸੋ ਅ ਅਸੀਂ ਉਹਨਾਂ ਦੇ ਨਾਲ ਸਾਡੇ ਭਰਾ ਨੇ ਸਾਡੇ ਆਪਣੇ ਪਰਿਵਾਰਾਂ ਦੇ ਜੀ ਆ। ਸੋ ਸਾਨੂੰ ਖੁਸ਼ੀ ਆ ਕਿ ਪਿਛਲੇ ਦਿਨਾਂ ਦੇ ਦੌਰਾਨ ਮਾਨਯੋਗ ਮੁੱਖ ਮੰਤਰੀ ਜੀ ਨੇ ਖੁਦ ਮੱਲ ਦਖਲ ਦੇ ਕੇ ਔਰ ਕੇਂਦਰੀ ਜੂਨੀਅਰ ਮਿਨਿਸਟਰ ਨਾਲ ਗੱਲਬਾਤ ਵੀ ਕੀਤੀ ਔਸ ਗੱਲਬਾਤ ਸਿੱਟਾ ਇਹ ਨਿਕਲਿਆ कि ਉਹਨਾਂ ਨੇ ਸਪੇਸ ਬਣਾਉਣ ਦੇ ਲਈ ਇੱਕ ਤਾਂ ਐਕਸਪੋਰਟ ਜਿਹੜਾ ਬੰਦ ਕੀਤਾ ਸੀਗਾ ਨੌਨ ਵਾਸ ਮਦੀ ਦਾ ਉਹ ਉਹਨਾਂ ਨੇ ਜਾਰੀ ਕਰ ਦਿੱਤਾ ਹੈ ਸੋ ਸੁਏਸ ਰਾ ਜਿਹੜੇ ਮਲਟੀ ਕਿਸਮ ਦੇ ਜਿਹੜੇ ਸਬਸਟੀਟਿਊਟ ਨੇ ਸਪੇਸ ਨੂੰ ਬਣਾ ਦੇ ਉਹਨਾਂ ਦਾ ਕੰਮ ਚੱਲ ਰਿਹਾ ਸੋ ਦਸੰਬਰ ਤੱਕ ਦਸੰਬਰ 31 ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਰ ਡੰਡਾ ਜਿਹੜਾ ਉਹ ਸਪੇਸ ਬਣ ਜਾਏਗਾ ਹੁਣ ਕੋਈ ਦਿੱਕਤ ਨਹੀਂ ਆਏਗੀ ਕੋਈ ਕੋਈ ਦਿੱਕਤ ਨਹੀਂ ਆਏਗੀ ਕੋਈ ਦਿੱਕਤ ਨਹੀਂ ਆਏਗੀ ਸੋ ਵੈਸੇ ਵੀ ਮਿਲਿੰਗ ਜਿਹੜੀ ਉਹ ਦਸੰਬਰ ਤੋਂ ਸ਼ੁਰੂ ਹੁੰਦੀ ਆ ਸੋ ਸਪੇਸ ਮਿਲਰਸ ਕੋ ਬਹੁਤ ਹੈਗਾ ਉਹਨਾਂ ਕੋ ਪੈੜੀ ਲਾਉਣ ਦੇ ਲਈ ਸੋ ਮੈਨੂੰ ਲੱਗਦਾ ਵੀ ਸਮੁੱਥਲੀ ਰਹੂਗਾ ਸਾਡਾ ਸੀਜ਼ਨ। ਨੀਸ਼ਾਨ ਮੀਰੋ ਜਿਵੇਂ ਕਿ ਤੁਸੀਂ ਸੁਣਿਆ ਇਹ ਮਸਲਾ ਅਜੇ ਜਲਦੀ ਹੱਲ ਨਜ਼ਰ ਹੁੰਦਾ ਨਹੀਂ ਆ ਰਿਹਾ ਤੇ ਬੀਤੇ ਦਿਨ ਜੋ ਚੰਡੀਗੜ੍ਹ ਦੇ ਵਿੱਚ ਸ਼ੈਲਰ ਤੇ ਸਰਕਾਰ ਦੀ ਮੀਟਿੰਗ ਹੋਈ ਹੈ ਉਹ ਵੀ ਬੇ ਨਤੀਜਾ ਹੀ ਨਿਕਲੀ ਹੈ। ਪੀਆਰ 26 ਨੂੰ ਲੈ ਕੇ ਵੀ ਕਾਫੀ ਜੋ ਗੈਮਾ ਗੈਮੇ ਵਿੱਚ ਸਵਾਲ ਜਵਾਬ ਹੋਏ ਨੇ ਪੀਆਰ 26 ਦਾ ਜੋ ਲਗਾਤਾਰ ਬਾਈਕਾਰਟ ਸੈਲਰ ਮਾਲਕਾਂ ਵੱਲੋਂ ਕੀਤਾ ਜਾ ਰਿਹਾ ਕੋਈ ਐਸ ਤੇ ਠੋਸ ਨਤੀਜਾ ਜੇ ਨਹੀਂ ਨਿਕਲ ਰਿਹਾ ਨਾ ਹੀ ਸਰਕਾਰ ਜੋ ਠੋਸ ਬਿਆਨ ਇਸ ਤੇ ਦੇ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਜੋ ਪੀਆਰ 26 ਨੂੰ ਲੈ ਕੇ ਮੇਨ ਦਿੱਕਤ ਹੈ ਆਰਟੀਏ ਤੇ ਸੈਲਰ ਮਾਲਕ ਅਜੇ ਵੀ ਹੜਤਾਲ ਖਤਮ ਕਰਨ ਨੂੰ ਰਾਜ਼ੀ ਨਹੀਂਗੇ ਜੋ ਅੱਜਕੱਲ ਦੇ ਵਿੱਚ ਮਾਹੌਲ ਜੋ ਮੰਡੀਆਂ ਦਾ ਦੇਖ ਕੇ ਇਸ ਤੋਂ ਅੰਦਾਜ਼ਾ ਆਪਾਂ ਲਾ ਸਕਦੇ ਆ ਵੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਦਾਂ ਦਾ ਮਾਹੌਲ ਰਹੇਗਾ ਸੋ ਕਿਸਾਨ ਵੀਰ ਅਜੇ 1-2 ਦਿਨ ਜੋ ਮੰਡੀਆਂ ਦਾ ਮਾਹੌਲ ਦੇਖ ਕੇ ਉਸ ਤੋਂ ਬਾਅਦ ਹੀ ਜੋ ਆਪਦਾ ਚੋਣਾ ਮੰਡੀਆਂ ਦੇ ਵਿੱਚ ਲੈ ਕੇ ਜਾਣ ਸੋ ਤੁਹਾਡੀ ਇਸ ਤੇ ਕੀ ਰਾਏ ਹੈ ਤੁਸੀਂ ਵੀ ਆਪਦਾ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ ਤੇ ਜਾਣਕਾਰੀ ਚੰਗੀ ਲੱਗੀ ਤਾਂ ਵੱਤ ਵਾਦ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਇਸ ਦੇ ਨਾਲ ਨਾਲ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਲੈਣ ਵਾਸਤੇ Farmers Welfare Hub ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਬਹੁਤ-ਬਹੁਤ ਧੰਨਵਾਦ ਕਿਸਾਨ ਵੀਰੋ। ਤੁਹਾਡਾ ਦਿਨ ਸ਼ੁਭ ਹੋਵੇ।